ਆਪਣੀ ਵਾਰੀ ਨੂੰ ਨਾ ਜਾਣ ਕੇ ਤਿਲ ਪਵਾ ਕੇ ਨਹੀਂ ਰੱਖਦੇ ਹੈਗੇ। ਉਹ ਬਾਈ ਉਹ ਸਟਾਰਟ ਤਾਂ ਹੁੰਦੀ ਨਹੀਂ। ਉਹ ਸੱਚ ਮੈਂ ਤਾਂ ਭੁੱਲ ਗਿਆ ਸੀ, ਉਹਨੇ ਕਿੱਥੇ ਸਟਾਰਟ ਹੋਣਾ, ਉਹਦੀ ਸਲਫ ਦਾ ਕੰਮ ਹੋਣ ਵਾਲਾ। ਚਲ ਆਇਆ ਮੈਂ ਧੱਕਾ ਲਵਾਉਣਾ। ਉਹ ਬਾਈ ਰਹਿਣ ਦੇ, ਮੈਂ ਉੱਥੇ ਲੋਕਾਂ ਤੋਂ ਹੁਣ ਮਾਰਕੀਟ 'ਚ ਧੱਕੇ ਲਵਾਉਂਦਾ ਫਿਰੂੰਗਾ। ਆਹ ਫੜ ਯਾਰ ਆਪਣੀ ਗੱਡੀ ਦੀ ਚਾਬੀ, ਮੈਂ ਤਾਂ ਮੋਟਰਸਾਈਕਲ 'ਤੇ ਹੀ ਵਗ ਜਾਂਦਾ। ਉਹ ਚੱਲ ਕੋਈ ਨਹੀਂ ਸਮਰਾ ਲਾਂਗੇ। ਉਹ ਮੰਮੀ ਜੇ ਤੁਹਾਨੂੰ ਇੰਨੀ ਗਲਤ ਲੱਗ ਜਾਂਦੇ ਅਸੀਂ ਤਾਂ ਜੱਗੀ ਨੂੰ ਅੱਡ ਕਰ ਦਿੰਦੇ ਆ, ਰਹਿ ਲਿਓ ਤੁਸੀਂ ਵੀ ਉਹਨਾਂ ਨਾਲ। ਅੱਛਾ ਆ ਗਈ ਨਾ ਸੱਚੀ ਗੱਲ ਜਵਾਨ 'ਤੇ। ਮੈਂ ਤਾਂ ਕਹਿੰਦੀ ਹਾਂ ਇਕੱਠਿਆਂ 'ਚ ਹੀ ਨਾ ਆਪਣਾ ਕੋਠੀ ਦਾ ਕੰਮ ਤੋਰ ਲਓ, ਫਿਰ ਹੋ ਜਾਂਗੇ ਅੱਡ। ਮੈਨੂੰ ਸੱਚੋ ਪਟਵਾਰੀ ਸਾਹਿਬ ਮਿਲੇ ਤੇ, ਉਹ ਕਹਿ ਰਹੇ ਤੇ ਮਾਂ ਦੇ ਜਿਉਂਦੇ ਜੀ ਆਪਣੀ ਜ਼ਮੀਨ ਨਾਮ ਕਰਵਾ ਲਓ, ਕਿਉਂਕਿ ਬੰਦੇ ਦੇ ਗੁਜ਼ਰਨ ਤੋਂ ਬਾਅਦ ਬਹੁਤ ਖਰਚੇ ਦਾ ਘਰ ਛੱਡਦਾ। ਨਾਲੇ ਜਿਸ ਜਗ੍ਹਾ ਕੋਠੀ ਬਣ ਰਹੀ ਹੈ ਨਾ ਉਹ ਜ਼ਮੀਨ ਵੀ ਮੇਰੇ ਨਾਮ ਆ, ਜ਼ਮੀਨ ਵਾਲੀ ਗੱਲ ਕਰ ਲਈ ਨਾ, ਕੋਠੀ ਵਾਲੀ ਗੱਲ ਕਰਨੀ ਜ਼ਰੂਰੀ ਸੀ ਤਾਂ ਕਿ ਉਹਨਾਂ ਨੂੰ ਆਪਣੇ 'ਤੇ ਯਕੀਨ ਹੋ ਸਕੇ। ਮਿੱਠਾ ਹੋ ਕੇ ਮੋਰਚਾ ਜਿੱਤੀ ਦਾ। ਆ ਵੀ ਠੀਕ ਹੈ। ਮੈਂ ਵੀ ਹਰਪਾਲ ਸਿਆ, ਤੇਰੇ ਕਿਹੜੇ ਤਾਂ ਪਾਰਟੀ ਹੋ ਗਈ, ਹੁਣ ਮੇਰਾ ਰੂੰਗਾ ਨਾ ਭੁੱਲ ਜੀ। ਉਹ ਪਟਵਾਰੀ ਸਾਹਿਬ ਦੀ ਟੈਨਸ਼ਨ ਕਾਹਤੋਂ ਲੈਣੇ ਹੋ ਤੁਸੀਂ, ਆ ਕੰਮ ਸਿਰੇ ਚੜੋ, ਰੂੰਗੇ ਤਾਂ ਤੁਹਾਨੂੰ ਨਵਾ ਦਾਂਗੇ। ਚੱਲ ਠੀਕ ਆ, ਚੰਗਾ ਜੀ ਚੱਲਦਾ। ਕੀ ਗੱਲ ਹੋ ਗਈ ਬਾਈ? ਉਹ ਕੁਛ ਨਹੀਂ ਜੱਗੀ ਭੁਲੇਖਾ ਜਿਹਾ ਲੱਗ ਗਿਆ ਸੀ। ਹਰਪਾਲ ਸਿਆ ਹੁਣ ਤੇਰੀ ਆਇਸ਼ ਆ, ਅੱਜ 15 ਕਿੱਲਿਆਂ ਦਾ ਮਾਲਕ ਹੋ ਗਿਆ ਤੂੰ। ਦੇਣ ਨੂੰ ਤਾਂ ਮੈਨੂੰ ਖੈਰ 5 ਵੀ ਚਿੱਤ ਨਹੀਂ ਮੰਨਦਾ। ਉਹ ਚੱਲ ਛੋਟਾ ਆ, 5 ਕੁ ਦੇ ਹੀ ਦਿੰਦੇ ਆ। ਆਹ ਪਟਵਾਰੀ ਸਾਹਿਬ ਕਿੱਧਰੋਂ ਆਉਂਦੇ ਨੇ? ਆਓ ਪਟਵਾਰੀ ਸਾਹਿਬ। ਹਾਂਜੀ ਹਰਪਾਲ ਸਿੰਘ ਜੀ, ਹੋ ਗਿਆ ਤੁਹਾਡਾ ਕੰਮ ਜਿਵੇਂ ਤੁਹਾਨੇ ਕਿਹਾ ਸੀ ਉਸ ਤਰ੍ਹਾਂ ਹੀ ਕਰਤਾ। ਚਲਾ ਤੁਸੀਂ ਵਧੀਆ ਕਰਿਆ, ਆ ਵੀ ਨਿਬੜ ਗਿਆ ਆਪਣਾ ਕੰਮ। ਬਸ ਹੁਣ ਤੁਸੀਂ ਮੇਰਾ ਰੁੰਕਾ ਯਾਦ ਰੱਖਿਓ। ਉਹ ਤੁਸੀਂ ਟੈਨਸ਼ਨ ਕਾਹਤੋਂ ਲੈਂਦੇ ਹੋ, ਆ ਜਾਇਓ ਪਰਸੋਂ ਨੂੰ, ਤੁਹਾਡਾ ਪੂਰਾ ਕਰਾਂਗੇ ਮਾਣ ਸਨਮਾਨ। ਉਹ ਸੋਚੋ ਮੈਂ ਠੇਕੇਦਾਰ ਨੂੰ ਵੀ ਕਰਦਾ ਫੋਨ, ਇਹ ਵੀ ਨਿਬੜੀਏ ਕੰਮ। ਹੈਲੋ, ਹਾਂਜੀ ਠੇਕੇਦਾਰ ਸਾਹਿਬ, ਕੱਲ੍ਹ ਨੂੰ ਕਰੋ ਫਿਰ ਕੋਠੀ ਦਾ ਉਦਘਾਟਨ। ਹਾਂ, ਕੱਲ੍ਹ ਨੂੰ ਕਰੋ ਕੰਮ ਸ਼ੁਰੂ। ਹਾਂਜੀ ਹਾਂਜੀ, ਚਲੋ ਆ ਜਾਓ ਪਟਵਾਰੀ ਸਾਹਿਬ, ਆਪਾਂ ਕਰੀਏ ਪਾਰਟੀ ਸ਼ਾਟੀ। ਲੈ ਜੀ, ਮੈਂ ਤਾਂ ਪੂਰੀ ਰੀਝ ਨਾਲ ਬਣਾਉਂਗੀ ਆਪਣੀ ਕੋਠੀ, ਦੇਖਿਓ ਤੁਸੀਂ ਕਿੰਨੀ ਸੋਹਣੀ ਲੱਗੂਗੀ। ਉਹ ਪਾਗਲ ਔਰਤ, ਤੂੰ ਆਪਣੀ ਉਹਨਾਂ ਨਜ਼ਰ ਲਾ ਦੀ। ਤੁਸੀਂ ਵੀ ਨਾ, ਉਹ ਵਿਚਾਰੇ ਜੱਗੀ ਹੋਰੇ ਤੇ ਸੋਚ ਰਹੇ ਹੋਣਗੇ ਉਹਨਾਂ ਦੀ ਕੋਠੀ ਹੈ। ਉਹ ਸੋਚੀ ਜਾਣਦੇ ਜੋ ਸੋਚਦੇ ਨੇ, ਹੋਣੀ ਤਾਂ ਇਹ ਆਪਣੀ ਹੋ ਆ, ਇੱਕ ਵਾਰੀ ਕੋਠੀ ਤਿਆਰ ਹੋਣ ਦੇ, ਫਿਰ ਦੇਖੀ ਮੈਂ ਕੀ ਕਰਦਾ। ਨੀ ਮਹਾਰਾਣੀ, ਤੂੰ ਇੱਥੇ ਬੈਠੀ ਹੈ, ਚਾਹ ਨਹੀਂ ਬਣਾ ਸਕਦੀ? ਆ ਮਿਸਤਰੀਆਂ ਦੀ ਚਾਹ ਵੀ ਮੈਨੂੰ ਫੁਕਣੀ ਪੈਂਦੀ ਹੈ, ਆ ਜਿਹੜੀ ਕੋਠੀ ਬਣ ਰਹੀ ਹੈ ਨਾ ਉਹ ਮੇਰੇ ਕਰਕੇ ਨਹੀਂ ਬਣ ਰਹੀ, ਆਪੇ ਬਣਾ ਲੈ ਕਰ ਚਾਹ। ਕੀ ਹੋ ਗਿਆ ਦੀ? ਮੈਂ ਬਣਾ ਦਿਆ ਕਰੂੰ ਚਾਹ? ਸਾਰਾ ਕੰਮ ਮੈਂ ਆਪ ਹੀ ਕਰਦੀ ਹਾਂ, ਕਿਉਂ ਬਿਨਾਂ ਗੱਲੋਂ ਕਲੇਸ਼ ਪਾਉਂਦੇ ਹੋ ਤੁਸੀਂ? ਅੱਛਾ, ਤੇਰੇ ਕਹਿਣ ਦਾ ਕੀ ਮਤਲਬ ਹੈ ਮੈਂ ਕਲੇਸ਼ ਪਾਉਂਦੀ ਹਾਂ? ਆਹੀ ਕੁਛ ਸਿਖਾਇਆ ਤੇਰੇ ਪੇਕਿਆਂ ਨੇ, ਜ਼ਬਾਨ ਚਲਾਣੀ ਕਤਰ ਕਤਰ। ਮੇਰੇ ਪੇਕਿਆਂ ਤੱਕ ਨਾ ਜਾਓ, ਠੀਕ ਹੈ ਦੀ? ਅੱਛਾ, ਫਿਰ ਕੀ ਕਰੇਂਗੀ ਤੂੰ? ਨਿਖਲਜੀਤ, ਕੀ ਗੱਲ ਹੋ ਗਈ, ਕਿਉਂ ਰੌਲਾ ਪਾਇਆ ਤੁਸੀਂ? ਹਾਂ ਬਸ, ਹੁਣ ਤੁਹਾਡਾ ਕਾਟਾ ਰਹਿ ਗਿਆ ਸੀ ਇੱਥੇ ਆਣ ਦਾ, ਹੈ ਆਹ ਤੁਸੀਂ ਚੰਬਲਾਈ ਹੈ ਇਹ, ਹੁਣ ਤੱਕ ਤਾਂ ਮੈਂ ਸਿੱਧੀ ਕਰ ਦੇਣੀ ਸੀ। ਚੱਲ ਬਸ, ਤੂੰ ਆਪਣਾ ਕੰਮ ਕਰ ਬੈਠ ਕੇ, ਚੱਲ ਅਮਨੀ ਤੂੰ ਅੰਦਰ ਚੱਲ, ਆ ਜਾ ਹੋ ਜਾ ਖੜੀ। ਕਿੱਥੇ ਜਲੂਸ ਕੱਢਣ ਲੱਗੀਆਂ ਨੇ? Thank you.
ਲੈ ਰੱਖ ਇੱਥੇ ਰੋਟੀਆਂ ਜੱਗੀ ਨੂੰ ਵੀ ਫੜਾਵਾਂ। ਦੀ ਮੈਂ ਕਾਫੀ ਟਾਈਮ ਤੋਂ ਦੇਖ ਰਿਹਾ ਤੁਸੀਂ ਜਦੋਂ ਵੀ ਜੱਗੀ ਨੂੰ ਰੋਟੀ ਦਿੰਦੇ ਹੋ ਨਾ ਮੱਖਣੀ ਦਿੰਦੇ ਹੋ ਨਾ ਘਿਓ ਦਿੰਦੇ ਹੋ, ਇੰਨਾ ਫਰਕ ਕਿਉਂ? ਜੱਗੀ ਨੂੰ ਕੀ ਲੋੜ ਹੈ ਘਿਓ ਮੱਖਣ ਦੀ? ਉਹ ਕਿਹੜਾ ਖੇਤਾਂ 'ਚ ਕੰਮ ਕਰਦਾ? ਇਹ ਤਾਂ ਹਰਪਾਲ ਨੇ ਜੋ ਸਾਰਾ ਦਿਨ ਖੇਤਾਂ 'ਚ ਕੰਮ ਕਰਦੇ ਰਹਿੰਦੇ ਨੇ, ਤਾਂ ਉਹਨਾਂ ਨੂੰ ਘਿਓ ਮੱਖਣ ਪਾਉਂਦੀ ਆ। ਨਾਲੇ ਦੇਖਿਆ ਜੱਗੀ ਕਿੰਨਾ ਮੋਟਾ ਹੋਇਆ ਪਿਆ, ਲੱਗੀ ਘਿਓ ਮੱਖਣ ਦੀ। ਲੈ ਫੜਾ। ਮੈਥੋਂ ਨਹੀਂ ਸੁਣਿਆ ਜਾਂਦਾ ਕੁਲਜੀਤ ਦੀਦੀ ਤਾਂ ਹੁਣ ਇੰਨਾ ਕੁਛ, ਤੁਹਾਡੇ ਤਾਂ ਹਰਪਾਲ ਵੀਰ ਜੀ ਵਿੱਚ ਬਹੁਤ ਫਰਕ ਰੱਖਦੀ ਆ। ਹਰਪਾਲ ਵੀਰ ਜੀ ਨੂੰ ਤਾਂ ਮੱਖਣ ਮਲਾਈਆਂ ਪਾ ਕੇ ਸਬਜ਼ੀ ਦਿੰਦੀ ਆ ਅਤੇ ਤੁਹਾਡੀ ਵਾਰੀ ਕੁਛ ਵੀ ਨਹੀਂ ਪਾਉਂਦੀ ਆ। ਮੈਥੋਂ ਨਹੀਂ ਦੇਖਿਆ ਜਾਂਦਾ ਕਿਵੇਂ ਚੱਲਦੇ ਸੀ ਤੁਸੀਂ ਵਿਆਹ ਤੋਂ ਪਹਿਲਾਂ ਉਹਨਾਂ ਨੂੰ? ਉਹ ਯਾਰ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ, ਅੱਜ ਫੇਰ ਕਹਿ ਰਿਹਾ, ਉਹਨੂੰ ਨਾ ਇੰਨਾ ਸੀਰੀਅਸ ਲਿਆ ਕਰ, ਉਹ ਬੌੜੀ ਆ ਬੌੜੀ। ਨਾਲੇ ਵੈਸੇ ਵੀ ਆਪਣੀ ਕੋਠੀ ਪੈ ਤਾਂ ਰਹੀ ਆ ਉੱਧਰ, ਆਪਾਂ ਨੇ ਤਾਂ ਉੱਧਰ ਚਲੇ ਜਾਣਾ ਆ, ਤੂੰ ਕਿਉਂ ਐਵੇਂ ਦਿਲ ਹੌਲਾ ਕਰਦੀ ਆ? ਪਰ ਐਵੇਂ ਕਿਉਂ ਕਰਦੇ ਨੇ ਉਹ, ਆਪਾਂ ਕੀ ਮਾੜਾ ਕੀਤਾ ਉਹਨਾਂ ਦਾ? ਯਾਰ ਉਹੀ ਤਾਂ ਮੈਨੂੰ ਨਹੀਂ ਸਮਝ ਲੱਗਦੀ ਕੀ ਮਾੜਾ ਕਰਤਾ ਉਹਨਾਂ ਦਾ। ਤੁਸੀਂ ਕੁਛ ਕਿਹਾ? ਨਹੀਂ ਨਹੀਂ, ਚੱਲ ਮੈਂ ਸ਼ਹਿਰ ਚੱਲਿਆ ਸੀਗਾ, ਤੇਰੇ ਲਈ ਬਰਗਰ ਲੈ ਕੇ ਆਵਾਂ। ਆਪਣੇ ਪੈਰਾਂ ਥੱਲੇ ਕੋਈ ਨੀ, ਆਉਣ ਦੇ ਅੱਜ ਜੱਗੀ ਨੂੰ, ਕਰਦਾ ਉਹਦੇ ਨਾਲ ਗੱਲ ਮੈਂ। ਲੈ ਆ ਗਿਆ ਵਿਹਲਾ ਬਲਦ। ਜੱਗੀ ਓਏ ਉਰੇ ਆ, ਤੇਰੇ ਨਾਲ ਗੱਲ ਕਰਨੀ ਇੱਕ। ਹਾਂਜੀ ਬਾਈ ਦੱਸੋ। ਆ ਕੀ ਲਈ ਫਿਰ ਦੰਦ 'ਚ? ਆਹਾ ਇਹ ਤਾਂ ਬਈ ਬਰਗਰ ਲੈ ਕੇ ਆਇਆ ਸੀ ਅਵਨੀਤ ਲਈ। ਅੱਛਾ ਹੁਣ ਤੂੰ ਵੀ ਫਰਕ ਕਰਨ ਲੱਗ ਗਿਆ, ਤੈਨੂੰ ਤੇਰੀ ਭਾਬੀ ਨਹੀਂ ਦਿਖਦੀ? ਨਾ ਅਸੀਂ ਪਾਗਲ ਆ ਜਿਹੜਾ ਇਹਨਾਂ ਦਾ ਰੋਜ਼ ਫੂਕਣਾ ਫੂਕਦੇ ਆ। ਉਹ ਭਾਬੀ ਕਿਉਂ ਗੁੱਸੇ ਹੁੰਨੀ ਆ? ਲੈ ਤੂੰ ਖਾ ਲਾ। ਨਾ ਰਹਿਣ ਦੇ, ਉਹਨੂੰ ਹੀ ਖਵਾ ਲਿਆ ਜਿਹਦੇ ਵਾਸਤੇ ਲੈ ਕੇ ਆਇਆ, ਮੈਂ ਭੁੱਖੇ ਘਰੋਂ ਨਹੀਂ ਆਈ ਇਹਦੇ ਵਾਂਗ। ਤੁਹਾਡੇ ਕਹਿਣ ਦਾ ਮਤਲਬ ਕੀ ਹੈ ਦੀ? ਮੈਂ ਭੁੱਖੇ ਘਰੋਂ ਆਈ ਆ? ਨਾ ਜੋ ਮਰਜ਼ੀ ਸਮਝ ਲੈ, ਜੋ ਸਮਝਣਾ ਤੈਨੇ। ਆ ਬਰਗਰ ਵਾਲੀ ਗੱਲ ਤਾਂ ਲੱਗ ਰਹੇਗੀ ਨਾ ਭਾਈ, ਤੂੰ ਕਾਹਤੋਂ ਕੁਲਜੀਤ ਗੱਲ ਲੜੀ ਜਾਂਦੀ ਆ? ਤੇ ਤੂੰ ਉਮਰ 'ਚ ਵੱਡੀ ਆ, ਤੂੰ ਇਹਨੂੰ ਬੋਲਦੀ ਕਿਵੇਂ ਆ? ਜੇ ਮੈਂ ਕਹਿੰਦੀ ਔਕਣ ਕਰਿਆ ਕਰ। ਨਾਲੇ ਗੱਲ ਸੁਣੋ ਤੂੰ, ਤੈਨੂੰ ਅੱਜ ਕੱਲ੍ਹ ਬੜੀ ਜਵਾਨੀ ਚੜੀ ਆ, ਤੈਨੂੰ ਮੈਂ ਮਿੰਟ 'ਚ ਲੋਟ ਕਰ ਦੂੰ, ਮੈਂ ਹਜੇ ਭਾਈ ਬੰਦੀ 'ਚ ਕੁਛ ਕਹਿੰਦਾ ਨਹੀਂ। ਬੇ ਹਰਪਾਲ ਕੀ ਹੋ ਗਿਆ, ਕਿਵੇਂ ਰੌਲਾ ਪਾਇਆ? ਉਹ ਮਾਤਾ ਤੂੰ ਚੁੱਪ ਕਰਕੇ ਸਾਈਡ 'ਤੇ ਖੜ ਜਾ। ਉਹ ਬਾਈ ਕਿਉਂ ਪੀ ਕੇ ਖੰਡੇ ਆਉਣ ਲੱਗੇ ਆ? ਟਿੱਕੇ ਬਹਿ ਜਾ। ਛੋਟਾ ਆ, ਛੋਟਾ ਬਣ ਕੇ ਰਹਿ। ਬੇਹਰਪਾਲ ਤੇਰੀ ਸ਼ਰਮ ਨਹੀਂ ਆਉਂਦੀ? ਕਿਉਂ ਉੱਡੇ ਦਾ ਗਾਲਾ ਫੜਿਆ? ਉਹ ਮਰਦਾ ਪਿੱਛੇ ਹਟ ਤੂੰ। ਆ ਬਰਗਰ ਲੈ ਕੇ ਆਣ ਤੂੰ, ਤੁਹਾਨੂੰ ਮੈਂ ਖਵਾਉਣਾ ਬਰਗਰ। ਸਾਲਿਓ ਮੈਂ ਹੀ ਸਾਂਭ ਰਿਹਾ ਇਸ ਘਰ ਨੂੰ, ਸਭ ਤੋਂ ਉੱਪਰ ਦਿਓਗੇ? 5 ਰੁਪਏ ਦੀ ਚੀਜ਼ ਵੀ ਮੇਰੀ ਮਰਜ਼ੀ ਤੋਂ ਬਣਾ ਨਹੀਂ ਆਉਣੀ ਚਾਹੀਦੀ, ਨਹੀਂ ਔਕਾਤ ਯਾਦ ਕਰਾ ਦੂੰ। ਨਾ ਕੀ ਔਕਾਤ ਦਿਖਾਏਗਾ ਬਾਈ ਤੂੰ, ਤੂੰ ਅੱਜ ਦਿਖਾਏ ਦੇ ਔਕਾਤ। ਕੋਈ ਨਹੀਂ, ਆਉਣ ਦੇ ਸਵੇਰ ਨੂੰ ਪਟਵਾਰੀ ਨੂੰ, ਤੈਨੂੰ ਦਿਖਾਉਂ ਤੇਰੀ ਔਕਾਤ ਕੀ ਆ। ਚੱਲ ਇੱਧਰ। ਮੈਂ ਅੱਜ ਤੱਕ ਕਦੇ ਕੁਛ ਨਹੀਂ ਬੋਲਿਆ, ਬਾਈ ਹੋਰੀ ਸ਼ੁਰੂ ਤੋਂ ਫਰਕ ਕਰਦੇ ਆਏ ਨੇ ਮੇਰੇ ਨਾਲ, ਅੱਜ ਤਾਂ ਹੱਦ ਹੋ ਗਈ। ਚੱਲ ਮੇਰਾ ਤਾਂ ਮੰਨਿਆ, ਹੁਣ ਅਵਨੀਤ ਤੋਂ ਵੀ ਖਾਰ ਖਾਣ ਲੱਗ ਗਏ। ਹਰਪਾਲ ਪੁੱਤ ਪਹਿਲਾਂ ਨਹੀਂ ਇਦਾਂ ਦਾ ਸੀਗਾ, ਆ ਤਾਂ ਜਦੋਂ ਦਾ ਉਹਦਾ ਵਿਆਹ ਹੋਇਆ ਕੁਲਜੀਤ ਦੇ ਮਗਰ ਲੱਗਿਆ ਪਿਆ, ਉਹਦੀ ਸਾਰੀ ਗੱਲ ਮੰਨਦਾ, ਆਪਾਂ ਤਾਂ ਕੁਛ ਸਮਝਦਾ ਨਹੀਂ। ਨਾਲੇ ਜਦੋਂ ਦਾ ਤੇਰਾ ਬਾਪ ਮੁੱਕਿਆ ਇਹਦਾ ਡਰ ਚੱਕਿਆ ਗਿਆ, ਇਹ ਹੁਣ ਆਪਣੇ 'ਤੇ ਬਦਮਾਸ਼ੀ ਦਿਖਾਉਂਦੇ ਨੇ।
रब इहो जिहा भरा किसे नूं ना दवे। वैसे ना जग्गी सही हो कहिंदा है, तुसी दारू पी के ना खडौने ही हो। ਉਹ ਹੁਣ ਤੈਨੂੰ ਕੀ ਮੌਤ ਪੈ ਗਈ ਨਾ, ਤੁਸੀਂ ਉਹਨਾਂ ਨੂੰ ਘਰੋਂ ਬਾਹਰ ਨਹੀਂ ਕੱਢ ਸਕਦੇ ਸੀ, ਇੰਨਾ ਵੱਡਾ ਕਲੇਸ਼ ਪਾਉਣ ਦੀ ਕੀ ਲੋੜ ਸੀ ਜੋ ਉਹ ਇੱਥੇ ਹੀ ਰੱਖਣੇ ਸੀ। ਐ ਕਿਵੇਂ ਘਰੋਂ ਬਾਹਰ ਕੱਢਦਾ ਦਾ, ਪਿੰਡ ਸਾਹਮਣੇ ਜਲੂਸ ਕੱਢਣਾ ਸੀ। ਹਾਂ ਕੱਢਣਾ ਸੀ ਜਲੂਸ, ਇਸੇ ਲਾਇਕ ਨੇ ਉਹ। ਉਹ ਹੁਣ ਤੂੰ ਟਿੱਕੇ ਬਹਿ ਜਾ, ਆਉਣ ਦੇ ਪੰਚਾਇਤ ਨੂੰ ਚੰਗੀ ਤਰ੍ਹਾਂ ਕੱਢੂ ਜਲੂਸ, ਨਾਲੇ ਅਲੱਗ ਤੋਂ ਕਰੂ 5 ਕਿੱਲੇ। ਹੁਣ ਤੂੰ ਮਿਹਰਬਾਨੀ ਕਰਕੇ ਟਿੱਕੇ ਬਹਿ ਜਾ। ਮੈਂ ਨਹੀਂ ਬੈਠਣਾ ਟਿੱਕੇ, ਪਹਿਲਾਂ ਤੁਸੀਂ ਮੈਨੂੰ ਬਰਗਰ ਲਿਆ ਕੇ ਦਿਓ, ਮੇਰਾ ਬਰਗਰ ਖਾਣ ਦਾ ਦਿਲ ਕਰਦਾ। ਉਹ ਹੁਣ ਤੂੰ ਇਹੋ ਜਿਹੀ ਠੰਡ 'ਚ ਕਿੱਥੋਂ ਬਰਗਰ ਲਿਆ ਕੇ ਦਊਂ? ਮੈਨੂੰ ਨਹੀਂ ਪਤਾ, ਜਿੱਥੋਂ ਮਰਜ਼ੀ ਲਿਆ ਕੇ ਦਿਓ, ਨਹੀਂ ਤਾਂ ਨਾ ਬਾਹਰ ਜਾਓ ਇਸ ਕਮਰੇ 'ਚੋਂ। ਹੈ ਪਾਗਲ, ਜਨਾਨੀ ਨੇ ਮੇਰਾ ਲਹੂ ਪੀ ਲਿਆ। ਚੱਲ ਲਿਆ ਕੇ ਦਿੰਦਾ ਬਰਗਰ। ਦੱਸ ਮੇਰੇ ਸਾਡਾ ਹੀ ਠੰਡ 'ਚ 30 ਕਿਲੋਮੀਟਰ ਕਿੱਥੇ ਲੈਣ ਜਾਵਾਂ ਮੈਂ ਬਰਗਰ? ਸਵਾਦ ਬਹੁਤ ਹੈ, ਖਾ ਹੀ ਲੈਣੀ ਆ। ਵੈਸੇ ਵੀ ਬਣਦੀ ਸੀ, ਖਾ ਲਾ ਨਾ। ਦੇਖੋ ਸਰਪੰਚ ਸਾਹਿਬ, ਤੁਹਾਡੇ ਅੱਗੇ ਮੈਂ ਆਪਣੀ ਗੱਲ ਰੱਖਦਾ, ਜੱਗੀ ਮੇਰਾ ਛੋਟਾ ਭਰਾ ਆ, ਸਾਡੇ 'ਚ ਜਿੰਨਾ ਟਾਈਮ ਪਿਆਰ ਸੀ ਵਧੀ ਲੰਘੀ ਗਿਆ, ਪਰ ਹੁਣ ਅਸੀਂ ਅਲੱਗ ਹੋਣ ਦਾ ਫੈਸਲਾ ਲਿਆ। ਸਰਕਾਰੀ ਲਿਖਤ ਦੇ ਮੁਤਾਬਕ 15 ਕਿੱਲੇ ਮੈਨੂੰ ਆਉਂਦੇ ਨੇ ਅਤੇ 5 ਕਿੱਲੇ ਜੱਗੀ ਨੂੰ, ਅਤੇ ਜਿਸ ਜਗ੍ਹਾ ਸਾਡੀ ਕੋਠੀ ਬਣਦੀ ਆ ਉਹ ਵੀ ਮੇਰੇ ਨਾਮ ਆ। ਉਸ ਜਗ੍ਹਾ 'ਚ ਮੈਂ ਅਤੇ ਮੇਰੇ ਘਰ ਵਾਲੀ ਰਿਹਾ ਕਰਾਂਗੇ, ਅਤੇ ਆਹ ਘਰ 'ਚ ਪੁਰਾਣੇ 'ਚ ਮੇਰੀ ਮਾਂ ਅਤੇ ਦੋਨੇ ਜੀ ਰਹੀ ਜਾਣਗੇ। ਆਪਦਾ ਵੱਧ ਖਾਇਓ ਘੱਟ ਖਾਇਓ। ਪਰ ਹਰਪਾਲ, ਤੂੰ ਇਹ ਕੀ ਬੋਲ ਰਿਹਾ? ਚੱਲ ਮੈਂ ਤਾਂ ਰਹਿ ਜੂੰਗੀ, ਕੋਈ ਗੱਲ ਨਹੀਂ, ਪਰ ਜ਼ਮੀਨ ਤੁਹਾਨੂੰ ਦੋਹੇ ਭਾਈਆਂ ਨੂੰ 10-10 ਕਿੱਲੇ ਆਉਂਦੇ ਨੇ। ਉਹ ਮਾਤਾ ਜੀ ਨੇ ਜਿੰਨਾ ਕਰਿਆ ਨਾ ਉਹਨੂੰ ਉਨਾ ਹੀ ਮਿਲੂ। ਸਾਰੀ ਜ਼ਿੰਦਗੀ ਖੇਤੀ ਮੈਂ ਕਰਦਾ ਰਿਹਾ, ਜੱਗੀ ਨੇ ਕਿਹੜਾ ਕਦੇ ਖੇਤਾਂ 'ਚ ਹੱਥ ਵਟਾਇਆ? ਮੈਂ ਫਿਰ ਵੀ ਇਹਨੂੰ 5 ਏਕੜ ਦੇ ਰਿਹਾ, ਮੇਰੀ ਥਾਂ 'ਤੇ ਕੋਈ ਹੋਰ ਆਉਂਦਾ ਕੁਛ ਨਹੀਂ ਦਿੰਦਾ ਤੈਨੂੰ। ਪਰ ਹਿੱਸਾ ਜੱਗੀ ਦਾ ਬਰਾਬਰ ਹੈ, ਤੂੰ ਕਿਉਂ ਬੇਈਮਾਨੀ ਕਰਦਾ? ਉਹ ਮਾਤਾ, ਮੈਂ ਕੋਈ ਬੇਈਮਾਨੀ ਨਹੀਂ ਕਰੀ। ਸਰਪੰਚ ਸਾਹਿਬ ਦੱਸੋ, ਜੱਗੀ ਨਾਲ ਮੈਂ ਕੋਈ ਬੇਈਮਾਨੀ ਕਰੀ ਆ? ਕੋਈ ਬੇਈਮਾਨੀ ਨਹੀਂ ਕਰੀ ਹਰਪਾਲ ਨੇ, ਉਹ ਸਾਰੀ ਉਮਰ ਤਾਂ ਖੇਤੀ ਹਰਪਾਲ ਨੇ ਕਰੀ ਆ, ਇਹੀ ਹੱਕ ਅਦਾਰਾ ਜ਼ਮੀਨ ਦਾ। ਅਸੀਂ ਭਾਈ ਦੇਖਦੇ ਰਹੇ ਹਾਂ, ਸਾਰੀ ਉਮਰ ਤਾਂ ਖੇਤੀ ਹਰਪਾਲ ਕਰਦਾ ਰਿਹਾ, ਅਤੇ ਤਾਂ ਕਾਲਜਾਂ 'ਚ ਧੱਕੇ ਖਾਧੇ ਨੇ। ਇਹ ਤਾਂ ਤੁਹਾਨੂੰ 5 ਕਿੱਲੇ ਦੇ ਰਿਹਾ, ਚਾਹੇ ਇਹ ਤੁਹਾਨੂੰ ਖੁੱਡ ਬਣਾ ਦੇਵੇ। ਇੱਥੇ ਸਭ ਗਲਤ ਹੋ ਰਿਹਾ, ਤੁਸੀਂ ਸਿਆਣੇ ਸਮਝਦਾਰ ਬੰਦੇ ਹੋ, ਐ ਨਾ ਕਰੋ। ਮੰਮੀ ਜੀ, ਆਹ ਘਰ ਅਸੀਂ ਹੁਣ ਤੁਹਾਨੂੰ ਦੇਤਾ, ਰਹੀਓ ਤੁਸੀਂ ਆਪਣੀ ਲਾਡਲੀ ਨੂੰਹ ਨਾਲ ਇਸ ਪੁਰਾਣੇ ਘਰ 'ਚ। ਪਰ ਬਾਈ, ਕੋਠੀ ਤਾਂ ਤੂੰ ਮੈਨੂੰ ਦੇਣੀ ਸੀ। ਉਹ ਕੁਛ ਤੈਨੂੰ ਹੋਰ ਨਾ ਦੇ ਦਾਂ, ਆਉਣ ਦੇ ਪਟਵਾਰੀ ਸਾਹਿਬ ਨੂੰ, ਪਟਵਾਰੀ ਸਾਹਿਬ ਇਹ ਦੱਸਣਗੇ ਕਿਹਦੇ ਨਾਮ ਕਿੰਨੀ ਕੁ ਜ਼ਮੀਨ ਆ ਅਤੇ ਆਹ ਕੋਠੀ ਵਾਲੀ ਜਗ੍ਹਾ ਕਿਹਦੇ ਨਾਮ ਬੋਲਦੀ ਆ। ਹਾਂ, ਅਸੀਂ ਬਹੁਤ ਚਾਹ ਅਤੇ ਰੀਝਾਂ ਲਾ ਕੇ ਆਪਣੀ ਪਸੰਦ ਦਾ ਘਰ ਤੁਹਾਡੇ ਵਾਸਤੇ ਨਹੀਂ ਬਣਾਇਆ। ਦੇਖਿਆ ਜੀ, ਮੈਂ ਕੀ ਕਹਿੰਦੀ ਸੀ ਤੁਹਾਨੂੰ, ਮੈਨੂੰ ਇਹਨਾਂ ਦੇ ਇਰਾਦੇ ਕੁਛ ਠੀਕ ਨਹੀਂ ਲੱਗਦੇ, ਇਸ ਤੋਂ ਬੁਰਾ ਹੋਰ ਕੀ ਕਰਨਗੇ ਤੁਹਾਡੇ ਨਾਲ। ਆਓ, ਆ ਗਏ ਪਟਵਾਰੀ ਸਾਹਿਬ। ਦੱਸੋ ਪਟਵਾਰੀ ਸਾਹਿਬ, ਕਿਹਦੇ ਨਾਲ ਕਿੰਨੀ ਜ਼ਮੀਨ ਬੋਲਦੀ ਆ? ਹਾਂਜੀ ਹਰਪਾਲ ਜੀ, ਦੱਸ ਦਿੰਦੇ ਹਾਂ। ਜਗਸੀਰ ਸਿੰਘ ਦੇ ਨਾਮ 20 ਕਿੱਲੇ, 20 ਏਕੜ ਦਾ ਮਾਲਕ ਆ ਜੱਗੀ, ਅਤੇ ਜਿਹੜੀ ਨਵੀਂ ਕੋਠੀ ਪੈ ਰਹੀ ਆ ਉਹ ਜਗ੍ਹਾ ਵੀ ਜੱਗੀ ਦੇ ਨਾਮ ਆ। ਜਿਸ ਘਰ ਵਿੱਚ ਤੁਸੀਂ ਸਾਰੇ ਰਹਿ ਰਹੇ ਹੋ ਇਹ ਘਰ ਵੀ ਜੱਗੀ ਦੇ ਨਾਮ ਆ, ਅਤੇ ਹਰਪਾਲ ਸਿੰਘ ਤੇਰੇ ਨਾਮ ਤਾਂ ਇੱਕ ਮਰਲਾ ਵੀ ਨਹੀਂ। ਸਾਲਿਆ, ਕੀ ਬਕਵਾਸ ਕਰ ਰਿਹਾ? ਹਰਪਾਲ ਜੀ, ਬਕਵਾਸ ਨਹੀਂ ਕਰ ਰਿਹਾ, ਜੋ ਇਸ ਕਾਗਜ਼ਾਂ ਵਿੱਚ ਆ ਮੈਂ ਤਾਂ ਉਹੀ ਗੱਲ ਕਹਿ ਰਿਹਾ ਜੋ ਸਰਕਾਰੀ ਕਾਗਜ਼ਾਂ ਵਿੱਚ ਲਿਖਿਆ ਹੁੰਦਾ, ਪਟਵਾਰੀ ਤਾਂ ਉਹੀ ਗੱਲ ਬੋਲਦੇ ਨੇ। ਤੈਨੂੰ ਤੇਰਾ ਰੁੰਗਾ ਦੇ ਤਾ ਨਾ? ਉਹੀ ਤਾਂ ਗੱਲ ਆ ਬਾਈ ਜੀ, ਤੁਸੀਂ ਰੁੰਗਾ ਦਿੱਤਾ ਸੀ ਅਤੇ ਬਾਈ ਜੀ ਹੋਰਾਂ ਨੇ ਤਾਂ ਖੁੱਲ੍ਹੇ ਗੱਫੇ ਦੇ ਤੇ, ਉਹ ਵੀ ਅਡਵਾਂਸ 'ਚ। ਮੈਂ ਦੱਸਦਾ ਕੀ ਗੱਲ ਹੋ ਗਈ ਬਾਈ।
ਉਹ ਕੁਛ ਨਹੀਂ ਕੁਛ ਨਹੀਂ ਜੱਗੀ ਭੁਲੇਖਾ ਜਾ ਲੱਗ ਗਿਆ ਦੀ। ਹਾਂਜੀ ਪਟਵਾਰੀ ਸਾਹਿਬ ਆ ਗਏ, ਤੁਹਾਨੂੰ ਇਹ ਉਡੀਕਦੇ ਸੀਗੇ। ਆ ਮੜੇ ਜ਼ਮੀਨ ਵਾਲੇ ਕਾਗਜ਼ ਤਾਂ ਦਿਖਾਇਓ ਜਰਾ। ਉਹ ਕਿਹੜੇ ਕਾਗਜ਼? ਮੈਂ ਤੁਸੀਂ ਮੇਰਾ ਰਾਗ ਵੀ ਰੋਕਿਆ, ਪਰ ਉਹ ਜਾਣ ਦਿਓ ਮੈਨੂੰ। ਉਹ ਲੱਗ ਜੂਗਾ ਪਤਾ ਪਟਵਾਰੀ ਸਾਹਿਬ। ਦੇਖੋ ਅਸੀਂ ਬੰਦੇ ਦੋ ਹਾਂ, ਜੇ ਅਸੀਂ ਇੱਕ ਵਾਰੀ ਕਾਰਵਾਈ ਪਾਣੀ ਤੇਰੇ 'ਤੇ ਸ਼ੁਰੂ ਕਰਤੀ ਨਾ ਤਾਂ ਤੁਹਾਨੂੰ ਔਖਾ ਹੋ ਜਾਣਾ ਆ। ਐਵੇਂ ਕੀ ਫਾਇਦਾ ਆ? ਕਾਗਜ਼ ਫੜਾਓ। ਬੱਲੇ ਉਹ ਪਟਵਾਰੀ ਸਾਹਿਬ, ਮੇਰੇ ਹਿੱਸੇ ਦੇ 10 ਕਿੱਲਿਆਂ 'ਚੋਂ ਤੂੰ 5 ਕਿੱਲੇ ਹਰਪਾਲ ਬਾਈ ਨੂੰ ਦੇਣ ਚੱਲਿਆ ਸੀ। ਮੇਰੇ ਬਾਰੇ ਤਾਂ ਤੈਨੇ ਜਮੀ ਨਹੀਂ ਸੋਚਿਆ ਬਾਈ। ਉਹ ਮੈਨੂੰ ਨਹੀਂ ਪਤਾ, ਮੈਨੂੰ ਤਾਂ ਜਿਵੇਂ ਹਰਪਾਲ ਕਹਿ ਰਿਹਾ ਸੀ ਮੈਂ ਤਾਂ ਉਵੇਂ ਕਰ ਰਿਹਾ ਸੀ। ਅੱਛਾ, ਫਿਰ ਮੇਰੀ ਗੱਲ ਸੁਣੋ ਪਟਵਾਰੀ ਸਾਹਿਬ, ਇਹ ਸਭ ਕੁਛ ਤੁਸੀਂ ਰੁੰਗੇ ਲਈ ਉਹ ਕਰ ਰਹੇ ਸੀਗੇ ਨਾ? ਜੇ ਰੁੰਗਾ ਤੁਹਾਨੂੰ ਮੈਂ ਦੇ ਦਾਂ, ਉਹ ਵੀ ਐਡਵਾਂਸ 'ਚ। ਫਿਰ ਜਿਵੇਂ ਤੁਸੀਂ ਕਹੋਗੇ ਬਾਈ ਆਪਾਂ ਉਵੇਂ ਕਰ ਦਾਂਗੇ। ਸਿਆਣਾ ਆ। ਚੱਲ ਫਿਰ ਹੁਣ ਤੈਨੇ ਉਵੇਂ ਕਰਨਾ ਆ ਜਿਵੇਂ ਤੈਨੂੰ ਮੈਂ ਕਹੂੰਗਾ। ਠੀਕ ਆ ਬਾਈ, ਜਿਵੇਂ ਕਹੇਗਾ ਉਵੇਂ ਕਰ ਦਾਂਗੇ। ਕਿਉਂ ਬਾਈ, ਕਿਵੇਂ ਲੱਗਿਆ ਆਪਣੇ ਛੋਟੇ ਭਾਈ ਦਾ ਦਿਮਾਗ? ਮੈਨੂੰ ਤਾਂ ਤੂੰ ਬੇਵਕੂਫੇ ਸਮਝਦਾ ਸੀਗਾ। ਬਚਪਨ ਤੋਂ ਲੈ ਕੇ ਮੈਂ ਹੁਣ ਤੱਕ ਤੇਰੀ ਕਦੇ ਕੋਈ ਗੱਲ ਨਹੀਂ ਮੋੜੀ। ਮੈਂ ਸੋਚ ਵੀ ਨਹੀਂ ਸਕਦਾ ਸੀਗਾ ਕਿ ਤੂੰ ਮੇਰਾ ਇੰਨਾ ਮਾੜਾ ਸੋਚੇਗਾ। ਆਹ ਪੰਚਾਇਤ ਨੂੰ ਵੀ ਤਾਂ ਤੈਨੇ ਰੁੰਗੇ 'ਚ ਖਰੀਦਿਆ ਹੋਣਾ। ਆਹੋ ਬਾਈ, ਸਾਨੂੰ ਤਾਂ ਦਾਰੂ ਦੀ ਬੋਤਲ ਕਹਿ ਕੇ ਲੈ ਕੇ ਆਇਆ ਸੀ, ਅਸੀਂ ਮੰਨ ਗਏ, ਸਾਡਾ ਕੀ ਕਸੂਰ ਇਹਦੇ ਵਿੱਚ? ਉਹ ਸ਼ਰਮ ਕਰੋ ਸ਼ਰਮ। ਚਲੋ ਹੁਣ ਨਿਕਲੋ ਇੱਥੋਂ। ਚੱਲ ਭਾਬੀ, ਤੂੰ ਵੀ ਕਰ ਆਪਣਾ ਸਮਾਨ ਪੈਕ। ਜੱਗੀ ਗਲਤੀ ਹੋ ਗਈ ਬਾਈ ਮੇਰੇ ਤੋਂ। ਦਿਓਰਾ, ਸਾਨੂੰ ਮਾਫ ਕਰ ਦੇ, ਅਸੀਂ ਕਿੰਨਾ ਬੁਰਾ ਕੀਤਾ ਤੇਰੇ ਨਾਲ। ਨਾ ਖੰਡ ਸਾਨੂੰ ਇਸ ਘਰ ਤੋਂ, ਅਸੀਂ ਕਿੱਥੇ ਜਾਵਾਂਗੇ? ਜਾਣਾ ਕਿੱਥੇ ਆ? ਆਪਣੀ ਕੋਠੀ 'ਚ ਜਾਓ ਜੋ ਤੁਸੀਂ ਇੰਨੇ ਚਾਵਾਂ ਨਾਲ ਬਣਾਈ ਆ। ਭਾਬੀ ਮੈਂ ਲੱਖ ਜ਼ੋਰ ਲਾ ਲਵਾਂ ਪਰ ਤੁਹਾਡੇ ਜਿੰਨਾ ਲਾਲਚੀ ਨਹੀਂ ਮੈਂ ਬਣ ਸਕਦਾ। ਅਵਨੀਤ, ਤੂੰ ਵੀ ਮਾਫ ਕਰ ਦੇ ਮੈਨੂੰ, ਮੈਂ ਤੇਰੇ ਨਾਲ ਕਿੱਡਾ ਬੁਰਾ ਕੀਤਾ। ਮੈਂ ਕਦੇ ਤੈਨੂੰ ਆਪਣਾ ਨਹੀਂ ਸਮਝਿਆ। ਮੇਰਾ ਤਾਂ ਭਾਈ ਵੀ ਲਾਲਚੀ ਨਿਕਲਿਆ। ਉਹ ਬਾਈ ਮੈਂ ਕੀ ਕਰਨਾ ਤੇਰੇ ਹਿੱਸੇ ਦੀ ਜ਼ਮੀਨ ਦਾ? ਤੇਰੀ ਜ਼ਮੀਨ ਤੈਨੂੰ ਮੁਬਾਰਕ, ਮੈਨੂੰ ਤਾਂ ਮੇਰਾ ਹਿੱਸਾ, ਮੇਰਾ ਬਣਦਾ ਹੱਕ ਮਿਲ ਗਿਆ, ਉਹੀ ਬਹੁਤ ਆ। ਤੂੰ ਰਹਿ ਲਾ ਜਾ ਕੇ ਉਸ ਮਹਿਲ 'ਚ, ਮੈਨੂੰ ਤਾਂ ਆਹੀ ਘਰ ਠੀਕ ਆ, ਕਮ ਸੇ ਕਮ ਮੇਰੀ ਮਾਂ ਤਾਂ ਹੈਗੀ ਆ ਇੱਥੇ। ਤੁਸੀਂ ਜਾਓ ਦੋਹੇ ਜੀ, ਉੱਥੇ ਰਹਿ ਲਓ ਜਾ ਕੇ ਉੱਥੇ ਮਹਿਲ 'ਚ। ਜੱਗੀ ਗਲਤੀ ਹੋ ਗਈ ਬਾਈ, ਮੈਂ ਤੈਨੂੰ ਕਦੇ ਛੋਟਾ ਭਾਈ ਸਮਝਿਆ ਹੀ ਨਹੀਂ, ਹਮੇਸ਼ਾ ਤੈਨੂੰ ਸ਼ਰੀਕ ਸਮਝਦਾ ਰਿਹਾ। ਤੈਨੂੰ ਕਦੇ ਕੋਈ ਚੀਜ਼ ਨਹੀਂ ਦਵਾਈ, ਨਾ ਤੇਰੇ ਕਦੇ ਸ਼ੌਂਕ ਪੂਰੇ ਕਰਾਏ। ਬਾਈ 2000 ਰੁਪਇਆ ਦੇਈ ਮੈਨੂੰ, ਮੈਂ ਕਾਲਜ ਵਾਸਤੇ ਸ਼ਰਟਾਂ ਲੈਣੀਆਂ ਨੇ। ਲੈ 2000 ਕੀ ਕਰਨਾ ਤੂੰ? 2000 ਦੇ ਤਾਂ 8 ਹੋਣਗੀਆਂ, ਇੰਨੀਆਂ ਸ਼ਰਟਾਂ ਦਾ ਕੀ ਕਰੇਗਾ? ਆ ਲੈ ਫੜ 500। ਬਾਈ ਕਾਲਜ 'ਚ ਨਾ ਸਾਰੇ ਮੁੰਡਿਆਂ ਕੋਲ ਬੁਲਟ ਨੇ, ਮੈਨੂੰ ਵੀ ਦਵਾ ਦੇ ਬਾਈ। 1,00,000 ਦੇ ਦਿਓਰਾ ਬੁਲਟ। ਹਾਂ ਸਹੀ ਆ ਜੱਗੀ, ਇੰਨੇ ਪੈਸੇ ਨਹੀਂ ਗਏ ਆਪਣੇ ਕੋਲੇ। ਉਹ ਬਾਈ ਉਹ ਸਟਾਰਟ ਤਾਂ ਹੁੰਦੀ ਨਹੀਂ। ਚੱਲ ਆਇਆ ਮੈਂ ਧੱਕਾ ਲਵਾਉਣਾ। ਉਹ ਬਾਈ ਰਹਿਣ ਦੇ, ਮੈਂ ਉੱਥੇ ਲੋਕਾਂ ਤੋਂ ਹੁਣ ਮਾਰਕੀਟ 'ਚ ਧੱਕੇ ਲਵਾਉਂਦਾ ਫਿਰੂੰਗਾ। ਆਹ ਫੜ ਯਾਰ ਆਪਣੀ ਗੱਡੀ ਦੀ ਚਾਬੀ, ਮੈਂ ਤਾਂ ਮੋਟਰਸਾਈਕਲ 'ਤੇ ਹੀ ਵਗ ਜਾਂਦਾ। ਉਹ ਚੱਲ ਕੋਈ ਨਾ, ਕੋਈ ਨਹੀਂ ਸਮਰਾ ਲਾਂਗੇ। ਮਾਫ਼ ਕਰ ਦੇ ਜੱਗੀ ਮੈਨੂੰ। ਹਰਪਾਲ, ਤੂੰ ਹਰ ਗੱਲ 'ਚ ਬੇਈਮਾਨੀ ਕਰੀ ਆਪਣੇ ਛੋਟੇ ਭਾਈ ਨਾਲ, ਤਾਂ ਐਂ ਵੀ ਨਹੀਂ ਸਮਝਿਆ ਕਿ ਇਹਦੇ ਸਿਰ 'ਤੇ ਬਾਪ ਨਹੀਂ ਹੈਗਾ? ਬੜੇ ਭਾਈ ਤਾਂ ਛੋਟੇ ਭਾਈਆਂ ਦੇ ਬਾਪਾਂ ਵਰਗੇ ਹੁੰਦੇ ਨੇ, ਤਾਂ ਕੋਈ ਲਿਹਾਜ਼ ਨਹੀਂ ਰੱਖੀ। ਮੈਂ ਤੈਨੂੰ ਨਹੀਂ ਰੱਖਣਾ ਹੁਣ ਆਪਣੇ ਨਾਲ। ਜਾਂ ਇਹਨੂੰ ਵੀ ਲੈ ਜਾ ਨਾਲੇ, ਸਾਰੇ ਕਲੇਸ਼ ਦਾ ਮੁੱਢ ਤਾਂ ਇਹੀ ਹੈ। ਤੈਂ ਚੰਗੀ ਨਹੀਂ ਕੀਤੀ ਪਰ ਪੁੱਤ, ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ ਹੈਗਾ, ਇਹ ਵੀ ਗੱਲ ਤੂੰ ਯਾਦ ਰੱਖੀ। ਮੰਮੀ ਜੀ, ਤੁਸੀਂ ਵੀ ਮੈਨੂੰ ਮਾਫ਼ ਕਰ ਦਿਓ, ਤੁਸੀਂ ਸਾਂਭ ਲਓ ਇਸ ਘਰ ਦੀ ਲਾਣੇਦਾਰੀ, ਤੁਸੀਂ ਸਾਨੂੰ ਤਾਂ ਨੌਕਰ ਬਣਾ ਕੇ ਹੀ ਰੱਖ ਲਈ, ਮੈਨੂੰ ਮਾਫ਼ ਕਰ ਦਿਓ ਮੰਮੀ ਜੀ। Thank you.
हाँ जी किवें लगी थोनू यह वीडियो, उम्मीद करदा वधिया लगी होगी। जे वधिया लगी है तो हुणे हुणे वीडियो नू लाइक कर दो, शेयर जरूर कर दो अपने फ्रेंड्स नाल फैमिली नाल, अपने फेसबुक पेज नू फॉलो जरूर कर लो ताकि इदां दी घंट घंट वीडियोज़ थोड़े तक पहुँचदी रहन। सत श्री अकाल जी बई, मेरा चुल्हा रह गया थी।